असी पी जी आई दे विच डायरेक्टर साहब नू मैडिकल सुपरिटेंडेंट साहब नू मिलन गए सीगे। उच्ची बोलो थोड़ा जिहा, कोई नहीं कोई। सो आम आदमी आर्मी ट्रिपल ए, ये माफिया राज है, ये जिहड़ा गुंडागर्दी, ये जिहड़ा अज लुट कसुट दा जिहड़ा राज चल रहा है, उहदे खिलाफ असी सिविल आर्मी आम आदमी पार्टी दी बना रहे हां, जिहदी के जिहदे मकसद उद्देश उह तुहाडे सामने ये बुकलैट रिलीज़ करांगे, ते उहदा जिहड़ा मैंबरशिप दा जिहड़ा क्राइटेरिया होऊगा, कौन बंदा कहड़ी जिम्मेवारी लै सकदा, बकायदा ਇਹ ਸਾਡਾ ਉਹਦੇ ਕੰਮ ਓਬਜੈਕਟਿਵ ਸਾਰੇ ਇਹਦੇ ਵਿੱਚ ਲਿਖੇ ਹੋਏ ਨੇ, ਭਾਲ ਸਕਦਾ ਚੰਗੇ ਤਰੀਕੇ ਨਾਲ, ਨਾ ਬਜਾਏ ਇਸਦੇ ਕਿ ਅਸੀਂ ਉਹਨੂੰ ਸਿੱਧੇ ਉਹਨੂੰ ਕੁਛ ਲਾ ਦਈਏ, ਉਹ ਉੱਥੇ ਮੈਂ ਮੇਰੀ ਜ਼ਿੰਮੇਵਾਰੀ ਇੱਥੇ ਲਾ ਦਿਉ ਤਾਂ ਮੈਂ ਜ਼ਿਆਦਾ ਯੋਗਦਾਨ ਪਾ ਸਕਦਾ, ਜਾਂ ਕੋਈ ਕਹਿੰਦਾ ਮੈਂ ਆਲੇ ਦੁਆਲੇ ਦੇ ਪਿੰਡਾਂ 'ਚ ਮੈਂ ਜਾ ਸਕਦਾ ਮੈਂਬਰਸ਼ਿਪ ਵਾਸਤੇ, ਜਾਂ ਕੋਈ ਕਹਿੰਦਾ ਮੈਂ ਫਲਾਨੇ ਆਫਿਸ ਦੇ ਵਿੱਚ ਬੈਠ ਕੇ ਮੈਂ ਕੰਮ ਕਰ ਸਕਦਾ, ਦਫ਼ਤਰ ਕੋਈ ਸੰਭਾਲ ਸਕਦਾ। ਸੋ ਉਹਨਾਂ ਦੀ ਇੱਛਾ ਮੁਤਾਬਕ ਉਹਨੂੰ ਅਹੁਦਾ ਮਿਲੂਗਾ। ਹਰ ਪਿੰਡ ਦੇ ਵਿੱਚ ਆਮ ਆਦਮੀ ਦੀ ਸੈਨਾ ਹੋਊਗੀ, ਅਤੇ ਉਹੀ ਜਿਹੜੇ ਸੈਨਿਕ ਨੇ ਉਹ ਆਪਦਾ ਸੈਨਾਪਤੀ ਵੀ ਚੁਣ ਲੈਣਗੇ, ਉਸ ਪਿੰਡ ਦਾ ਪ੍ਰਧਾਨ ਵਾਈਸ ਪ੍ਰਧਾਨ। ਇਹਦੇ ਵਿੱਚ ਕੋਈ ਵੀ ਬਾਹਰੋਂ ਕੋਈ ਥੱਪਿਆ ਨਹੀਂ ਜਾਊਗਾ ਕਿ ਇਹਨੂੰ ਬਣਾਓ, ਇਹਦਾ ਬੰਦਾ ਹੈ, ਉਹਦਾ ਬੰਦਾ ਹੈ। ਉਹ ਜਿਹੜਾ ਰੀਤ ਹੈ, ਜਿਹੜਾ ਕਲਚਰ ਹੈ ਦੂਜੀਆਂ ਪਾਰਟੀਆਂ ਦਾ, ਉਹ ਅਸੀਂ ਨਹੀਂ ਅਪਣਾ ਰਹੇ। ਔਰ ਬਕਾਇਦਾ ਇਹਦੇ ਪਿੱਛੇ ਮੇਰੇ ਨਾਮ 'ਤੇ ਇੱਕ ਮੈਸੇਜ ਵੀ ਹੈ, ਤੁਸੀਂ ਉਹ ਤੁਹਾਨੂੰ ਦੇਵਾਂਗੇ ਕਿ ਇਹ ਜਿਹੜੇ ਬਾਰੀਆਂ ਬੰਨ ਬੰਨ ਕੇ ਪੰਜਾਬ ਦੀ ਦੌਲਤ, ਇੱਜ਼ਤ, ਜਵਾਨੀ, ਕਿਸਾਨੀ, ਵਪਾਰ, ਮਿਹਨਤੀ ਮਜ਼ਦੂਰ ਅਤੇ ਕੁਦਰਤੀ ਸੋਮਿਆਂ ਨੂੰ ਤਬਾਹ ਕੀਤਾ, ਜਿਨ੍ਹਾਂ ਨੇ ਇਹਨਾਂ ਲੋਟੂਆਂ ਨਾਲ ਲੜਾਈ ਲੜਨ ਵਾਸਤੇ ਸਾਨੂੰ ਪੰਜਾਬ ਨੂੰ ਸੱਚੇ ਦਿਲੋਂ ਪਿਆਰ ਕਰਨ ਵਾਲੇ ਤੁਹਾਡੇ ਵਰਗੇ ਜੁਝਾਰੂਆਂ ਦੀ ਸਿਵਲ ਆਰਮੀ ਤਿਆਰ ਕਰਨ ਦੀ ਲੋੜ ਹੈ। ਸੋ ਸਾਰੇ ਰਲ ਕੇ ਅਸੀਂ ਆਪਣੇ ਆਪਣੇ ਮੋਰਚੇ ਸੰਭਾਲੀਏ, ਅਤੇ ਸੁਰਜੀਤ ਪਾਤਰ ਦੇ ਇਸ ਸ਼ੇਅਰ ਨੂੰ ਸੱਚ ਕਰ ਦਿਖਾਈਏ, ਕੀ ਹੋਇਆ ਜੇ ਪੱਤਝੜ ਆਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ, ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾਂ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ। ਸੋ ਕਲਮੇ ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਬਣਾਉਣ ਵਾਸਤੇ ਅਸੀਂ ਲੱਭ ਰਹੇ ਹਾਂ, ਔਰ ਆਜ਼ਾਦੀ ਦੀ ਦੂਜੀ ਲੜਾਈ ਵੀ ਇਹਨੂੰ ਕਹਿ ਦਿੰਦੇ ਹਾਂ ਅਸੀਂ, ਕਿ ਜਿਹੜੀ 15 ਅਗਸਤ ਨੂੰ ਆਜ਼ਾਦੀ ਦਾ ਦਿਵਸ ਮਨਾਇਆ ਜਾਂਦਾ, ਉਹ ਆਜ਼ਾਦੀ ਆਮ ਲੋਕਾਂ ਤੱਕ ਪਹੁੰਚੀ ਨਹੀਂ, ਅਤੇ ਜਿਹੜੇ ਵਾਅਦੇ ਇਹਨਾਂ ਨੇ ਕੀਤੇ ਸਰਕਾਰਾਂ ਨੇ ਹੁਣ ਤੱਕ, ਕਿ ਅਸੀਂ ਘਰ ਘਰ ਨੌਕਰੀ ਦੇਵਾਂਗੇ, ਅਸੀਂ ਆਹ ਕਰ ਦਿਆਂਗੇ, ਉਹ ਕਰ ਦਿਆਂਗੇ, ਸਾਰੇ ਤੁਹਾਡੀਆਂ ਕਲਮਾਂ ਰਾਹੀਂ, ਮੈਨੂੰ ਰਿਪੀਟ ਕਰਨ ਦੀ ਲੋੜ ਨਹੀਂ, ਇਹ ਉਹਨਾਂ ਤੋਂ ਮੁੱਕਰੇ ਨੇ। ਅਤੇ ਹੁਣ ਵੀ ਜੇ ਟਵਿੱਟਰੋ ਟਵਿੱਟਰੀ ਹੋ ਰਹੇ ਨੇ ਇਹ, ਸੁਖਬੀਰ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਆਪਸ 'ਚ ਟਵਿੱਟਰੋ ਟਵਿੱਟਰੀ ਖੇਡ ਰਹੇ ਨੇ, ਅਤੇ ਲੋਕ ਪਾਣੀ ਹੜ੍ਹਾਂ ਨਾਲ ਮਰ ਰਹੇ ਨੇ, ਲੋਕ ਨਸ਼ਿਆਂ ਨਾਲ ਮਰ ਰਹੇ ਨੇ, ਲੋਕ ਕੈਂਸਰ ਨਾਲ ਮਰ ਰਹੇ ਨੇ, ਇਹ ਆਪਸ ਦੇ ਵਿੱਚ ਟਵਿੱਟਰ 'ਤੇ ਖੇਡ ਰਹੇ ਨੇ ਕਿ ਰਾਜੀਵ ਗਾਂਧੀ ਐਂ ਸੀ, ਰਾਜੀਵ ਗਾਂਧੀ ਉਹ ਸੀ, ਹਾਂਜੀ ਇਹ ਤਾਂ ਤੁਸੀਂ, ਉਹ ਕਹਿੰਦਾ ਤੂੰ 2.5 ਸਾਲਾਂ 'ਚ ਕੁਛ ਨਹੀਂ ਕੀਤਾ, ਉਹ ਕਹਿੰਦਾ ਤੁਸੀਂ 10 ਸਾਲਾਂ 'ਚ ਕੁਛ ਨਹੀਂ ਕੀਤਾ, ਇਹ ਤਾਂ ਆਪਸ ਦੇ ਵਿੱਚ ਉਲਝੇ ਹੋਏ ਨੇ ਅਤੇ ਆਪਦੇ ਕਿਲੇ ਪੈ ਰਹੇ ਨੇ, ਇੱਕ ਨੇ ਸੁੱਖ ਬਿਲਾਸ ਪਾ ਲਿਆ, ਦੂਜੇ ਨੇ ਸਾਰਾ ਗੜੀ, ਜਿਹੜਾ ਉਹਨੇ ਆਪਦੇ ਇਹਨਾਂ ਦੇ ਕਿਲੇ ਬਣ ਰਹੇ ਨੇ, ਲੋਕਾਂ ਦੇ ਕੱਚੇ ਮਕਾਨ ਢਹਿ ਰਹੇ ਨੇ। ਸੋ ਇਹ ਸਾਰੀਆਂ ਗੱਲਾਂ ਸਾਡੀ ਆਰਮੀ ਜਿਹੜੀ ਹੈ ਉਹ ਲੋਕਾਂ ਨੂੰ ਘਰ ਘਰ ਜਾ ਕੇ ਸਮਝਾਊਗੀ, ਕੋਈ ਏਜ ਬਾਰ ਨਹੀਂ ਇਹਦੇ 'ਚ ਭਰਤੀ ਹੋਣ ਦੀ, ਇਹ ਮੈਂਬਰਸ਼ਿਪ ਡਰਾਈਵ ਹੈ, ਔਰ ਅਸੀਂ ਜਿੰਨਾ ਟਾਰਗੇਟ ਰੱਖਿਆ ਅਤੇ ਉਹ ਵੀ ਪੂਰਾ ਅਸੀਂ ਟਾਈਮ 'ਤੇ ਕਰਾਂਗੇ। ਅਤੇ ਨਾਲ ਅਸੀਂ ਅੱਜ 39 ਓਬਜ਼ਰਵਰ, ਜਿਹੜੇ ਹਰ ਇੱਕ ਓਬਜ਼ਰਵਰ ਨੂੰ 3 ਹਲਕੇ ਦਿੱਤੇ ਗਏ ਨੇ, 13 ਹਲਕੇ ਲੋਕ ਸਭਾ ਦੇ, ਵਿਧਾਨ ਸਭਾ ਦੇ। ਸੋ 39 ਓਬਜ਼ਰਵਰ ਨੇ ਸਾਡੇ, ਜਿਨ੍ਹਾਂ ਨੂੰ, ਜਿਹੜੇ ਸਾਡੀ ਪਾਰਟੀ ਦੇ ਵਫ਼ਾਦਾਰ ਸਿਪਾਹੀ ਨੇ, ਜਿਨ੍ਹਾਂ ਨੇ ਉਤਰਾਅ ਚੜ੍ਹਾਅ ਵੇਲੇ ਜਦੋਂ ਪਾਰਟੀ 'ਚ ਕੋਈ ਸੰਕਟ ਆਇਆ ਉਸ ਵੇਲੇ ਵੀ ਪਾਰਟੀ ਦੀ ਬਾਂਹ ਨਹੀਂ ਛੱਡੀ, ਅਤੇ ਪਾਰਟੀ ਨੂੰ ਸੰਕਟ 'ਚੋਂ ਕੱਢਣ ਦੇ ਵਿੱਚ ਟੀਮ ਵਰਕ ਦੇ ਤੌਰ 'ਤੇ ਕੰਮ ਕੀਤਾ। ਸੋ 39 ਉਹਨਾਂ ਦੀ ਲਿਸਟ ਤੁਹਾਨੂੰ ਅਸੀਂ ਦੇ ਦਾਂਗੇ, 39 ਓਬਜ਼ਰਵਰ ਨੇ, ਪਰ ਓਬਜ਼ਰਵਰ 3 ਵਿਧਾਨ ਸਭਾ, ਸੋ 117 ਹਲਕਿਆਂ ਦੇ ਸਾਡੇ ਉਹ ਜਿਹੜੇ ਵਿਧਾਨ ਸਭਾ ਦੇ ਓਬਜ਼ਰਵਰ ਲੱਗਣਗੇ, ਉਹ ਵੀ ਅੱਜ ਅਨਾਊਂਸ ਹੋ ਜਾਣਗੇ। ਅਤੇ ਇੱਕ ਸਟੇਟ ਕਮੇਟੀ ਹੈ,
जिदे विच हरचंद सिंह बरसठ जी ने, जस्टिस जोरा सिंह जी ने, प्रोफेसर साधु सिंह जी ने, प्रोफेसर भीमेंद्र सिंह, नवजोत सिंह जर्ग, जीवनजोत कौर, गगनजीत गगनदीप सिंह चड्डा, अमृतपाल सिंह, राज लाली गिल, दलवीर सिंह ढिल्लों ते नीना मित्तल, ये 11 मैंबर ने साडी जिहड़ी इस कंट्रोल कमेटी ला लो जां इहनूं आर्मी नाल रिलेटड जिहड़ी असीं इह करदे हां कि इहनूं ऑब्जर्व करूगी सारिआं नूं। 11 मैंबरी कमेटी है, कोई किसी किस्म दा कोई शिकवा शिकायतां इस कमेटी कोले आ सकदे ने। ते बाकी बिजली अंदोलन जिहड़ा साडा है वह निरंतर जारी है। पिछले दिन असी मानसा के बहुत भरमा कट होया सीगा, असी मार्च किया एक अनाज मंडी तो बस स्टैंड तक, तो दिल्ली की तर्ज पर बिजली दर घटाने की मंग जोरदार तरीके रखी गई। सारे हैडक्वार्टर से असी ये अगे लेके जावे, हूँ जगराओं का आने वाले दिनों होर प्रोग्राम मिलेंगे, क्योंकि जेडे BPL परिवार ने उन्होंने भी 35-35 हज़ार के बिल आ रहे हैं, और JEE जेड़े ने कहते साढ़े को कोई मैसेज ही नहीं पहुंचा कि BPL माफ हो गया, तो उन्होंने मीटर कट्टन धमकियां देंगे ने, कई जगह पर कट भी गए मीटर, जुर्माना ला के दोबारा फिर भेज देंगे ने। सो जिन्ना चिर पंजाब दे विच बिजली जिहड़ी है वो लोगों की पहुँच तक नहीं आती, असी संघर्ष जारी रखांगे। और साढ़े जिहड़े इस अंदोलन दे विच जिन्हें भी साढ़े ड्यूटी लगी हुई है सारे मीत हेयर, क्योंकि वो इंग्लैंड गए हुए ने, वो 4 तरीक नूं आ जाणगे, मीत हेयर आने की ड्यूटी लगी है कि बिजली अंदोलन नूं ऑब्जर्व कर रहे हैं। तो बाकी मेरी एक अपने हल्के दे विच नवेकली असी एक पहल की है, साडा MP साडे घर, उहदे तहत असी लोक सभा संगरूर दे विधानसभा दे हल्के दे एक वड्डा पिंड असी चुन लैंदे आ। उस वड्डे पिंड दे विच अनाउंसमेंट सोशल ते जां गुरुद्वारा साहब दे स्पीकर राहीं आले दुआले दे पिंडां विच भी जीप वगैरह दे के भेज दिंदे आ, तां आले दुआले दीआं जिहड़ीआं 10-15 पिंडां दीआं पंचायतां ने उह उत्थे आउंदीआं ने, जां लोक आउंदे ने मिलन अपने शिकायतां शिकवे कम्मां वास्ते। 5 तों 6 घंटे लगभग लग जांदे ने एवरेज, मैं उत्थे ही बहना, और लगभग 80% ज काम जिहड़े ने उत्थे ही हो जांदे ने, अफसरां नाल प्रशासन नाल गलबात करके, किसी पटवारी नाल है, किसी तहसीलदार नाल, DC नाल है, SSP नाल है, जो भी काम ने, ते मंग पत्र भी उत्थे ही आ जांदे ने। इहदा हुण तक मैं 5 कर चुक्या इह, कल दिड़बा विधानसभा हल्के का छाजली पिंड सीगा, कल असीं उत्थे बैठे सी, तुसीं सोशल मीडिया ते जां तुहाडे अखबारां राहीं पढ़ी होनी खबर, 9 हल्के ने। सो 9 जिहड़े ने उह 31 तरीक नूं चन्नण वाल है, महल कलां हल्के का पिंड है, 9 हल्के पूरे हो जाएंगे, लगभग 20 दिन बाद फिर दोबारा जिहड़ी है उस हल्के की वारी आजू, फिर अगला पिंड चुन लेंगे कोई वो बिल्कुल दूजे पासे वाला पिंड। इहदे नाल की है, एक तो लोगों को संगरूर आने की जिहड़ी है परेशानी वो तो छुटकारा मिलता है, कई बुजुर्ग ऐसे ने जो किसी अधरंग होया जां कोई हैंडीकैप्ट है, जां कोई कल्ला कल्ली लेडी रहिंदी है, उन्होंने संगरूर आने वास्ते किसी न किसी संघ सहारे की लोड़ पैंदी है, जां शहर आके उन्होंने दफ्तर नहीं लभदा। सो इस चीज़ तो निजात दवाउण लई असीं शुरू कीता कि साडा MP साडे घर, असीं उन्हां कोले जांदे आ, उन्हां 500 जां 600 बंदे ने संगरूर आउण दी बजाए मैं कल्ले ने जाणा, असीं उत्थे जाके उन्हां दी मुश्किलां सुणदे आ। लोक बहुत इस गल नूं सराहना कर रहे ने कि ये पहली बार होया कि जित्तण तों बाद ते वोटां जदों नेड़े तेड़े वी ना होण ते तुसीं साडे कोले आए हो, ते इस तरां क्योंकि बहुत वड्डा जिहड़ा जनता दा ते लीडरां दा जिहड़ा गैप पै गिआ उहनूं असी पूरन की कोशिश कर रहे हैं। तो उस तो बाद बारे हल्के दे विच भी मेरे प्रोग्राम बने ने, यानी कि हर तीजे दिन मैं अपने हल्के तो बाहर जिथे भी मेरी ड्यूटी लगेगी पंजाब दे विच बतौर प्रधान मैं उत्थे जाऊँगा, चाहे वलंटियर मीटिंग होवे, चाहे वह कोई जनतक रैली होवे, चाहे कोई धरना हड़ताल है। बुधवार तो शनिवार, बुधवार तो ऐतवार तो मैं फिक्स ही करते, बाकी 2 दिन जोड़े मर्जी वो लै सकते हैं, तो बाकी समय मुताबक असी इहनूं चेंज भी कर सकते हैं, बढ़ा भी सकते हैं, घटा भी सकते हैं। सो पार्लीमेंट दे विच जिहड़ी इस बार मेरी परफॉर्मेंस है उहनूं लोकां ने काफ़ी पसंद किया है, कि चाहे वह नरेगा की दिहाड़ी की गल होवे कि 500 रुपया घट्टो घट दिहाड़ी ते मजदूर की मजदूरी उहदा पसीना सुकण तो पहला मिलनी चाहिए है, मैं मंग रखी। गुरु नानक साहब के 550वें प्रकाश उत्सव के बजट के 0 बजट है जी, 1 रुपया भी नहीं रख्या, मैं वो आवाज़ उठाई है कि
गुरु नानक लेवा हालांकि किसी चीज़ के मुहताज है नहीं, वो तो सदियों तो लंगर लाते आ रहे हैं अपने राशन नाल अपने रशदा नाल। सो 550 करोड़ रुपए की मैंने बाद वित्त मंत्रालय के अधिकारियों ने दसिया कि 100 करोड़ रखन लगे हैं, पर कहना कि 100 करोड़ ने कुछ नहीं बनना। 550वां प्रकाश उत्सव है, गुरु साहब सब दे सांझे सी, गुरु नानक देव जी किसी एक धर्म या फिरके दे नहीं। सो 550 करोड़ रुपया रख के उन्होंने डिवेलपमेंट पर लाया जाए, ये मेरी मंग सी। सो जिन्हें भी होर पार्लीमेंट के डिबेट्स हुई मैं बढ़ चढ़ के उस हिस्सा लिया, और आम आदमी पार्टी वालों भावें चलो मैं कल ही हाँ पर मेरे को बोलन का मौका है तो मैं पूरे पंजाब के मसले जोड़े ने वो मैं बोलता रहूँगा। तो बाकी एक अद्धे मिनट लिए मैं इतों बाद हाँ कोर कमेटी की मीटिंग होगी जिद जाई इलैक्शन आ रही ने जिन्हें जलालाबाद दाखा फगवाड़ा तो बदकिस्मती कल जोड़े रजनीश कुमार जेडे मकेरिया के विधायक से उन्होंने बेवक्त चलाना हो गया। अफसोस भी प्रगट करते हैं असं परिवार नाल हमदर्दी व्यक्त करते हैं इतों तुहाडे जरिए। तो उत्थे चार तो कन्फर्म ही ने, बाकी स्पीकर साहब जे कि पक्षपात ना करन सही वरतों कर लैन अपने अधिकार की तो जोड़े गैरतबंदा चो भी दो तीन जोड़े ने उन्हों की वारी आ सकती है, पर क्योंकि एक दी पिट च दर्द है मेरे ख्याल काफ़ी लंबा समा चलूगा, एक दे पिता जी बीमार ने, एक नू कोई काफ़ी वड्डी बीमारी की शिकायत है, जिहड़े स्कूलों वाले बहाने ने वो चल रहे ने हुण। सो कृपा करके सामना करो, 1000 अहुदा वारन दीआं गल्लां करन वाले पंजाब तों 999 असीं माफ़ कर दिंदे हां, कल्ले भलत वाले जैतों वाले उहदी जे कितें त्याग देण पंजाब लई तां शायद पंजाबी इस गल ते उहनां दे सहानमंद रहणगे। आप खुद उह आ नहीं रहे और बकायदा तौर पर बयान दे रहे हैं कि विधायकों के जोड़े माण भत्ते ने तनखाह ने उन्हों का लाभ लेंदे रहेंगे। सो इतों पता लगता है कि किन्ना कु उन्हों का पंजाब प्रति सच्चाई है ज प्यार है। सो बाकी अद्धे मिनट लिए मैं लोभी साहब न कहूँगा कि वो थोड़ा ब्रीफ कर दे। बाकी कोर कमेटी की मीटिंग तो बाद असं अज कई मुद्दे विचार रहे हैं। एक होर जोड़ा बहुत अज मैं उत्थे मीडिया बुलाया सी संगरूर भी तुहाडे जरिए भी कहना चाहना, अज अखबार च मैं सवेरे पढ़िया कि की नाम है सिमरत नहीं सिमरत कौर खंगूड़ा ने विकास कार्यां लई चैक वंडे धूरी। सिमरत कौर खंगूड़ा 50-50 हज़ार के चैक कई पिंडां नूं दे के आई है विकास कार्यां वास्ते। कौन है सिमरत कौर खंगूड़ा? वो गोल्डी खंगूड़ा जिहड़े एम एल ए धूरी ने उनकी वाइफ है, उन्होंने कोल की संविधानिक अहुदा है कि वह चैक वंड सकते हैं? उन्होंने की राइट है कि वह सरकारी पैसे नूं इस तरह आप वंडन जा रहे हैं? कोई भी उन्होंने कोई सरकार वालों नुमाइंदा नहीं है। तो सिमरत कौर खंगूड़ा वंड रहे ने, उधरों दमन बाजवा उस नाम तो चैक वंडते हैं, जां फिर ऐं कहिंदे ने साडे साडे पंचायत मैंबरां नूं जां साडे जिहड़े आम आदमी पार्टी के वलंटियर ने कि साडे च पहलां शामिल हो जाओ फिर तुहाडे काम होणगे, नहीं तां तुहाडे पिंड ने वोटां वध पाईआं ने झाड़ू नूं। सो ये किस तरह का लोकतंत्र चला रहे हैं? मैं काला झाड़ पिंड है बिल्कुल मेन रोड से चन्नो कोले जिथे टोल प्लाजा है उत्थों का स्कूल जिहड़ा उहदे विच चौंकी बनी हुई है पुरानी टैररिज्म वेले दी, उह चौंकी ते स्कूल कट्ठे ने विचाले कोई कंध नहीं हैगी सी। जदों पुलिस वाले पंजाब पुलिस अपने अंदाज दे विच पटा पुटा फेरदे सी किसे दे बाहर लम्मा लटा के वह चीका मारदा सी तां बच्चे डर जांदे सी। उस पिंड के लोग कहते साडे बच्चे रात को सुपने डर डर के उठते हैं, कंध ही कढ दो जी पुलिस नूं तां नहीं हटा सकते आपां कुटण तों। सो असी कंध खड्डी 5 लाख रुपए नाल जदों उहदा उद्घाटन करन गए तां कालियां झंडियां लैके सरपंच ते 10-15 उहदे बंदे खड़े कहिंदे जी ये तां असी विजेंद्र सिंगला तों उद्घाटन करवाउणा सीगा, ये तुसीं कैसे कर सकते हो? मतलब स्कूल बनाइए तां भी रोकदे ने, नागरी पिंड की सरपंच कहिंदी बूटे नहीं लाउंदे ने, एक सरपंच घराचों का पिछली बार वाला जिहड़ा सीगा उह कहिंदा भी लाइब्रेरी नहीं बन देनी, ते हुण जिहड़ी घराचों की पंचायत आ यंग मुंडे ने आम आदमी पार्टी रिलेटड उन्हां ते भी अकाड़ा चला रहे ने। जां तां विजेंद्र सिंगला जी कहिंदे साडे तों सरोपे पवा के पार्टी साडे थ्रू चलो, नहीं तां तुहाडी पंचायत नूं भंग करके असीं प्रबंधक ला देंगे, अज शायद उन्हां दी तरीक सी। सो ये किस किस्म दा लोकतंत्र दीआं दुहाईआं दे रही है कांग्रेस? आप उह उपर उपर रोंदे ने कि जी कर्नाटका च ऐं करता जी, मणिपुर च ऐं करता जी, अरुणाचल च ऐं करता जी, तो आप वह पिंडां दे सरपंच पंचायत तक दे लैवल तक पहुँचे पए ने क्योंकि हार गए। सो इस करके ये सारिया गल्लां असीं इत्थे विचारांगे।
ਕਿਵੇਂ ਜਿੱਤੇ ਹੋਏ ਐਮਐਲਏ ਦੇ ਚਾਚੇ ਤਾਏ ਭਾਬੀਆਂ ਭਤੀਜੀਆਂ ਭਾਣਜੇ ਹੈਰੀ ਚੈਰੀ ਗੈਰੀ ਮੈਰੀ ਜਿੰਨੀ ਇਹ ਪੈਦਾ ਹੁੰਦੇ ਨੇ ਇਹ ਤਾਂ ਹੁੰਦੇ ਨੇ ਕਿ ਇਹਨਾਂ ਨੂੰ ਸ਼ਕਤੀਆਂ ਦੇ ਦਿੰਦੇ ਨੇ ਉਹ ਜਿਵੇਂ ਸਨੀ ਦਿਓਲ ਨੇ ਗੁਰਦਾਸਪੁਰ ਵਿੱਚ ਬੰਦਾ ਰੱਖ ਲਿਆ ਇੱਕ ਕਿ ਮਤਲਬ ਸੀਟ ਹੀ ਠੇਕੇ 'ਤੇ ਦੇਤੀ ਕਿ ਤੂੰ ਲੂ ਲੁੱਟੂ ਕਰ ਲਾ ਕੰਮ ਬਿਲਕੁਲ ਇਹ ਫਿਰ ਉਹੀ ਕੰਮ ਹੈ ਫਿਰ ਇਹ ਆਪਣੀ ਘਰਵਾਲੀ ਨੂੰ ਉਹਨੇ ਐਮਐਲਏ ਦੀ ਸੀਟ ਠੇਕੇ 'ਤੇ ਦੇਤੀ ਕਿ ਤੂੰ ਚੱਕ ਵੰਡ ਗਿਆ ਸੋ ਇਸ 'ਤੇ ਪਰਚਾ ਵੀ ਹੋਣਾ ਚਾਹੀਦਾ ਹੈ ਮੈਂ ਕਹਿੰਦਾ ਕਿ ਇਹ 'ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਇਸ ਤਰ੍ਹਾਂ ਜਿਹੜੇ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਇਗਨੋਰ ਕਰਕੇ ਇਹ ਆਪਣੀ ਜਿਹੜੀ ਆਪ ਉਹਦਰੀਆਂ ਕਰ ਰਹੇ ਨੇ ਜਦਕਿ ਕੈਪਟਨ ਸਾਹਿਬ ਨੇ ਕਿਹਾ ਸੀਗਾ ਕਿ ਮੈਂ ਹਲਕਾ ਇੰਚਾਰਜ ਜਿਹੜੀ ਹੈ ਉਹਦੀ ਰੀਤ ਖਤਮ ਕਰ ਦੂੰਗਾ ਇੱਕ ਮਿੰਟ ਲਈ ਐਲੋ ਜੀ ਸਾਹਿਬ ਸਰ ਸਿੱਖਿਆ ਤੇ ਸਕੂਲ ਤੇ ਕਾਲਜਾਂ ਦੀ ਜਿਹੜੀ ਮਾੜੀ ਕਾਰਗੁਜ਼ਾਰੀ ਆ ਜਿਹੜਾ ਐਜੂਕੇਸ਼ਨ ਦਾ ਪ੍ਰਬੰਧ ਆ ਪੰਜਾਬ ਵਿੱਚ ਉਹ ਕਿਸ ਤਰ੍ਹਾਂ ਦਾ ਇਸ ਗੱਲ ਨੂੰ ਲੈ ਕੇ ਪੰਜਾਬ ਦੇ ਹਰ ਕੋਨੇ ਕੋਨੇ ਹਰ ਘਰ ਘਰ ਜਾਊਗੀ ਪੰਜਾਬ ਦੇ ਵਿੱਚ ਸਿਹਤ ਦਾ ਕੀ ਹਾਲ ਆ ਪੰਜਾਬ ਦੇ ਵਿੱਚ ਹੈਲਥ ਜਿਹੜਾ ਐਜੂਕੇਸ਼ਨ ਹੈਲਥ ਮਹਿਕਮਾ ਗਾ ਉਹਦਾ ਕੀ ਹਾਲ ਆ ਪੰਜਾਬ ਦੇ ਵਿੱਚ ਇਸ ਗੱਲ ਨੂੰ ਲੈ ਕੇ ਪੰਜਾਬ ਦੇ ਹਰ ਕੋਨੇ ਕੋਨੇ ਜਾਊਗੀ ਔਰ ਪੰਜਾਬ ਦੇ ਲੋਕਾਂ ਦੱਸੂਗੀ ਕਿ ਐਜੂਕੇਸ਼ਨ ਤੇ ਹੈਲਥ ਦੇ ਸੈਕਟਰ ਨੂੰ ਲੈ ਕੇ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਦਿੱਲੀ 'ਚ ਬਣੀ ਆ ਉਹਨੇ ਕਿਸ ਤਰ੍ਹਾਂ ਦਿੱਲੀ ਵਿੱਚ ਸੁਧਾਰ ਕੀਤੇ ਨੇ ਕਿਸ ਤਰ੍ਹਾਂ ਜਿਹੜੀ ਹੈਗੀ ਆ ਉੱਥੇ ਹੈਲਥ ਦਾ ਸਿਸਟਮ ਆ ਕਿਸ ਤਰ੍ਹਾਂ ਉੱਥੇ ਐਜੂਕੇਸ਼ਨ ਦਾ ਸਿਸਟਮ ਆ ਇਸੇ ਤਰ੍ਹਾਂ ਅਨਇੰਪਲਾਈਮੈਂਟ ਇਸੇ ਤਰ੍ਹਾਂ ਅਨਇੰਪਲਾਈਮੈਂਟ ਔਰ ਕਿਸਾਨੀ ਕਿਸਾਨੀ ਅਨਇੰਪਲਾਈਮੈਂਟ ਕਿਸਾਨੀ ਇਹ ਮੁੱਦੇ ਇਸ ਤੋਂ ਬਿਨਾਂ ਦਲਿਤਾਂ ਤੇ ਹੋ ਰਹੇ ਹਮਲੇ ਦਲਿਤਾਂ ਤੇ ਹੋ ਰਹੇ ਹਮਲੇ ਅਵਾਰਾ ਪਸ਼ੂਆਂ ਦੇ ਮਾਮਲੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਕਿੰਨੀ ਮਾੜੀ ਬਣੀ ਹੋਈ ਆ ਇਸ ਤੋਂ ਬਿਨਾਂ ਸੱਭਿਆਚਾਰ ਮਾਂ ਬੋਲੀ ਨਸ਼ੇ ਟਰਾਂਸਪੋਰਟ ਅਵਾਰਾ ਪਸ਼ੂ ਜਿੰਨੇ ਵੀ ਪੰਜਾਬ ਦੇ ਪੱਕਦੇ ਮਸਲੇ ਨੇਗੇ ਜਿੰਨੇ ਵੀ ਮਾਫੀਏ ਪੰਜਾਬ ਦੇ ਵਿੱਚ ਬਾਦਲ ਪਰਿਵਾਰ ਦੇ ਪੈਦਾ ਹੋਏ ਸੀਗੇ ਜਿਹੜੇ ਮਾਫੀਏ 10 ਸਾਲਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਸਮੇਂ ਪੈਦਾ ਹੋਏ ਸੀ ਉਹ ਮਾਫੀਏ ਲਗਾਤਾਰ ਪੰਜਾਬ ਵਿੱਚ ਜਾਰੀ ਨੇਗੇ ਉਹਨਾਂ ਮਾਫੀਆਂ ਦੇ ਉੱਤੇ ਮੈਂ ਸਮਝਦਾ ਕੈਪਟਨ ਸਾਹਿਬ ਨੇ ਕਬਜ਼ਾ ਕਰ ਲਿਆ ਚਾਹੇ ਉਹ ਬਿਜਲੀ ਮਾਫੀਆ ਚਾਹੇ ਉਹ ਟਰਾਂਸਪੋਰਟ ਮਾਫੀਆ ਚਾਹੇ ਉਹ ਰੇਤ ਮਾਫੀਆ ਚਾਹੇ ਉਹ ਲੈਂਡ ਮਾਫੀਆ ਜਿੰਨੇ ਵੀ ਮਾਫੀਏ ਨੇ ਡਰੱਗ ਮਾਫੀਆ ਸਾਰੇ ਮਾਫੀਆਂ ਦੇ ਉੱਤੇ ਕੈਪਟਨ ਸਾਹਿਬ ਦੇ ਬੰਦਿਆਂ ਨੇ ਕਬਜ਼ਾ ਕਰ ਲਿਆ ਉਹਨਾਂ ਸਾਰੇ ਮਾਫੀਆਂ ਬਾਰੇ ਆਮ ਆਦਮੀ ਜਿਹੜੀ ਆਰਮੀ ਆ ਉਹ ਹਰ ਘਰ ਘਰ ਪਹੁੰਚ ਕਰੂਗੀ ਲੋਕਾਂ ਨੂੰ ਜਾਗਰੂਕ ਕਰੂਗੀ ਕਿਸ ਤਰ੍ਹਾਂ ਲਗਾਤਾਰ ਦੋ ਰਵਾਇਤੀ ਪਾਰਟੀਆਂ ਅਕਾਲੀ ਦਲ ਬੀਜੇਪੀ ਔਰ ਕਾਂਗਰਸ ਨੇ ਪੰਜਾਬ ਨੂੰ ਲੁੱਟਿਆ ਔਰ ਪੰਜਾਬ ਦੇ ਉੱਤੇ ਇੰਨਾ ਜ਼ਿਆਦਾ ਕਰਜ਼ਾ ਚੜ ਗਿਆ ਪੰਜਾਬ ਦਾ ਨੌਜਵਾਨ ਬਾਹਰਲੇ ਦੇਸ਼ਾਂ ਨੂੰ ਜਾ ਰਿਹਾ ਪੰਜਾਬ ਦੇ ਵਿੱਚ ਜਿਹੜੀ ਗੱਲ ਕੈਪਟਨ ਸਾਹਿਬ ਨੇ ਕਹੀ ਸੀ ਵੀ 4 ਹਫ਼ਤਿਆਂ ਦੇ ਵਿੱਚ ਜਿਹੜਾ ਹੈਗਾ ਮੈਂ ਨਸ਼ਾ ਖਤਮ ਕਰ ਦੂੰਗਾ ਨਸ਼ੇ ਦਾ ਲੱਕ ਤੋੜ ਦੂੰਗਾ ਕੋਈ ਕੰਮ ਨਹੀਂ ਹੋਇਆ ਉਸੇ ਤਰ੍ਹਾਂ ਡੇਲੀ ਜਿਹੜੀਆਂ ਹੈਗੀਆਂ ਨੇ ਹਰ ਰੋਜ਼ ਮੌਤਾਂ ਡਰੱਗ ਨਾਲ ਹੋ ਰਹੀਆਂ ਨੇ ਥਾਂ ਥਾਂ ਦੇ ਉੱਤੇ ਨੌਜਵਾਨ ਦੀ ਮੌਤਾਂ ਹੋ ਰਹੀਆਂ ਨੇਗੀਆਂ ਉਹੀ ਕੰਮ ਨਸ਼ਾ ਤਸਕਰ ਪੰਜਾਬ ਪੁਲਿਸ ਤੇ ਪੋਲੀਟੀਸ਼ੀਅਨ ਜਿਹੜੇ ਹੈਗੇ ਨੇ ਜਿਹੜੇ ਰਵਾਇਤੀ ਪਾਰਟੀਆਂ ਦੇ ਪੋਲੀਟੀਸ਼ੀਅਨ ਨੇ ਤਿੰਨਾਂ ਨੇ ਗੱਠਜੋੜ ਬਣਾ ਰਿਹਾ ਔਰ ਕਿਤੇ ਵੀ ਕੋਈ ਜੇ ਵੱਡੀ ਖੇਪ ਫੜੀ ਜਾਂਦੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਜਦੋਂ ਵੀ ਕਦੇ ਵੱਡੀ ਖੇਪ ਫੜੀ ਜਾਂਦੀ ਆ ਜਿਹੜਾ ਵੀ ਕੋਈ ਮੁਲਜ਼ਮ ਫੜਿਆ ਜਾਂਦਾ ਹੈਗਾ ਜਾਂ ਤਾਂ ਉਹਦੀ ਪੁਲਿਸ ਕਸਟਡੀ 'ਚ ਮੌਤ ਹੋ ਜਾਂਦੀ ਆ ਜਾਂ ਉਹਦੀ ਜੇਲ੍ਹ 'ਚ ਜਾ ਕੇ ਮੌਤ ਹੋ ਜਾਂਦੀ ਆ ਸੋ ਇੱਥੋਂ ਪਤਾ ਲੱਗਦਾ ਕਿ ਪੰਜਾਬ ਵਿੱਚ ਜਿਹੜਾ ਡਰੱਗ ਮਾਫੀਆ ਉਹ ਕਿੰਨਾ ਤਕੜਾ ਹੈਗਾ ਰੇਤ ਮਾਫੀਆ ਕਿੰਨਾ ਤਕੜਾ ਹੈਗਾ ਇਹਨਾਂ ਮਾਫੀਆ ਨੂੰ ਤੋੜਨ ਦੇ ਲਈ ਆਮ ਆਦਮੀ ਪਾਰਟੀ ਹਰੇਕ ਪੰਜਾਬ ਦੇ ਹਰੇਕ ਨਾਗਰਿਕ ਕੋਲੇ ਜਾਊਗੀ ਹਰੇਕ ਨੌਜਵਾਨ ਕੋਲੇ ਜਾਊਗੀ ਹਰੇਕ ਬਜ਼ੁਰਗ ਕੋਲੇ ਜਾਊਗੀ ਹਰੇਕ ਇੰਪਲਾਈ ਕੋਲੇ ਜਾਊਗੀ ਹਰ ਇੱਕ ਵਰਗ ਕੋਲੇ ਜਾਊਗੀ ਜਾ ਕੇ ਹੈਗਾ ਉਹਨੂੰ ਜਾਗਰੂਕ ਕਰਕੇ ਉਹਨੂੰ ਆਮ ਆਦਮੀ ਪਾਰਟੀ ਨਾਲ ਜੋੜੂਗੀ ਤਾਂ ਕਿ ਇਹ ਮੁਹਿੰਮ ਨੂੰ ਅਸੀਂ ਲੋਕ ਲਹਿਰ ਬਣਾ ਸਕੀਏ ਸੋ ਇੰਨਾ ਕੁਛ ਕਹਿੰਦਾ ਹੋਇਆ ਮੈਂ ਪ੍ਰਿੰਸੀਪਲ ਬੁੱਧਰਾਮ ਜੀ ਨੂੰ ਬੇਨਤੀ ਕਰੂੰਗਾ ਕਿ ਉਹ 2 ਮਿੰਟ ਦੀ ਤੁਹਾਡੇ ਦਾ ਮੁਖਾਤਬ ਹੋਣ ਕੋਰ ਕਮੇਟੀ ਦੇ ਦੱਸ ਦੂ ਸਾਰੇ ਅੱਜ ਦਾ ਮੁੱਦਾ ਜੀ ਅੱਜ ਵਿਸ਼ੇਸ਼ ਤੌਰ ਤੇ ਭਗਵੰਤ ਮਾਨ ਜੀ ਨੇ ਸਾਡੇ ਸੂਬਾ ਪ੍ਰਧਾਨ ਨੇ ਉਸ ਤੋਂ ਬਾਅਦ ਅਸੀਂ ਕੋਰ ਕਮੇਟੀ ਦੀ ਮੀਟਿੰਗ ਜਿਹੜੀ ਇਸ ਤੋਂ ਬਾਅਦ ਚੱਲੀ ਹੈ ਸੋ ਤੁਹਾਡਾ ਕਹਿੰਦਾ ਬਹੁਤ ਧੰਨਵਾਦ ਪ੍ਰਿੰਟ ਮੀਡੀਆ ਦਾ ਸਾਰੇ ਮੀਡੀਆ ਸਾਡੇ ਵੀਰਾਂ ਦਾ ਕਿ ਤੁਸੀਂ ਇੱਥੇ ਭਾਵੇਂ ਤੁਹਾਨੂੰ ਅਸੀਂ ਮਾਫੀ ਚਾਹੁੰਦੇ ਹਾਂ ਕਿ ਗਰਮੀ ਕਾਫੀ ਹੈ ਤੁਹਾਨੂੰ ਦੇਰ ਕਰਨ ਦੇ ਥੋੜ੍ਹਾ ਮੋਟਾ ਵੇਟ ਕਰਨੀ ਪਈ ਹੈ ਸੋ ਵੱਡੀ ਗੱਲ ਜਿਹੜੀ ਗੱਲ ਕੋਰ ਕਮੇਟੀ ਦੇ ਮੁੱਦੇ ਜਿਹੜੇ ਨੇ ਦੱਸ ਦਿਓ ਮੁੱਦਾ ਦਾ ਦੇਖੋ ਇੱਕ ਤਾਂ ਦੱਸੀ ਤਾਂ ਮਾਨ ਸਾਹਿਬ ਨੇ ਕਿ ਅਸੀਂ ਜ਼ਿਮਨੀ ਚੋਣਾਂ ਬਾਰੇ ਗੱਲ ਕਰਨੀ ਹੈ ਦੂਜਾ ਸੰਗਠਨ ਸਾਡਾ ਮੇਨ ਹੈ ਤੀਜਾ ਜਿਹੜਾ ਪੰਜਾਬ ਦੇ ਵਿੱਚ ਅਸੀਂ ਜਿਹੜਾ ਵੱਡੀ ਪੱਧਰ 'ਤੇ ਪਿੱਛੇ ਗੱਲ ਚੱਲੀ ਸੀਗੀ ਕਿ ਦਿੱਲੀ ਦੇ ਵਿੱਚ ਰਵਿਦਾਸ ਮੰਦਰ ਜੀ ਢਾਇਆ ਜਿਹੜਾ ਗਿਰਾਇਆ ਗਿਆ ਉਹ ਸਿੱਧਾ DDA ਵੱਲੋਂ ਜਿਹੜੀ ਸੈਂਟਰ ਦੀ ਮੋਦੀ ਸਰਕਾਰ ਹੈ ਗਿਰਾਇਆ ਗਿਆ ਸੀਗਾ ਅਤੇ ਆਮ ਆਦਮੀ ਪਾਰਟੀ ਦਾ ਉਹਦੇ ਨਾਲ ਕੋਈ ਸੰਬੰਧ ਨਹੀਂ ਸੀ ਦਿੱਲੀ ਦੇ ਵਿੱਚ ਪਹਿਲੀ ਵਿਧਾਨ ਸਭਾ ਹੈ ਇੰਡੀਆ ਦੇ ਵਿੱਚ ਜਿਹਨੇ ਸੈਸ਼ਨ ਬੁਲਾ ਕੇ ਬਕਾਇਦਾ ਇੱਕ ਦਿਨ ਪੂਰੀ ਬਹਿਸ ਕਰਾ ਕੇ ਆਮ ਆਦਮੀ ਪਾਰਟੀ ਦੇ ਸਰਕਾਰ ਨੇ ਕੇਜਰੀਵਾਲ ਸਾਹਿਬ ਨੇ ਐਲਾਨ ਕੀਤਾ ਕਿ ਰੈਜ਼ੋਲਿਊਸ਼ਨ ਪਾਸ ਕੀਤਾ ਕਿ ਬਕਾਇਦਾ ਮੰਦਰ ਜਿਹੜਾ ਹੈਗਾ ਤੁਸੀਂ 4 ਕਿੱਲੇ ਜ਼ਮੀਨ ਹੈ ਜਿਹੜੀ ਉਹ ਦਿਓ ਅਤੇ ਮੰਦਰ ਅਸੀਂ ਬਣਾ ਕੇ ਦੇਵਾਂਗੇ ਅਸੀਂ ਆਮ ਲੋਕਾਂ ਦੇ ਨਾਲ ਖੜੇ ਹਾਂ ਦਲਿਤ ਵਰਗ ਦੇ ਨਾਲ ਖੜੇ ਹਾਂ ਭਾਈ ਰਵਦਾਸੀ ਭਾਈਚਾਰੇ ਦੇ ਨਾਲ ਖੜੇ ਹਾਂ ਕਿਉਂਕਿ ਸੰਤ ਜਿਹੜੇ ਹੈਗੇ ਨੇ ਸਾਰੇ ਸਾਂਝੇ ਹੁੰਦੇ ਨੇ ਅਤੇ ਬਾਕੀ ਵੱਡੀ ਗੱਲ ਜਿਹੜੀ ਹੈਗੀ ਆ ਅੱਜ ਉਹ ਇਹ ਹੈ ਕਿ ਅੱਜ 300-400 ਜਿਹੜੇ ਪਿੰਡ ਡੁੱਬੇ ਪਏ ਨੇ ਸਰਕਾਰ ਵੱਲੋਂ ਕਿਸੇ ਵੀ ਕਿਸਮ ਦਾ ਉਹਨਾਂ ਦੀ ਭਲਾਈ ਲਈ ਦਵਾਈਆਂ ਲਈ ਜਾਂ ਉੱਥੇ ਟੈਂਟ ਵਗੈਰਾ ਜਾਂ ਉੱਥੇ ਕੋਈ ਕਿਸੇ ਕਿਸਮ ਦਾ ਵੀ ਪ੍ਰਬੰਧ ਨਹੀਂ ਕੀਤਾ ਗਿਆ ਦੇਖੋ ਦਿੱਲੀ ਜਮਨਾ ਦੇ ਵਿੱਚ ਇਹ ਸੀਗਾ ਵੀ ਉੱਥੇ ਲੱਗਦਾ ਸੀਗਾ ਕਿ
हड़ू जो हड़ है वह आऊगा चमना के केजरीवाल साहब ने बकायदा 1000 कैंट का प्रबंध किया उसे लैटरिन वगैरह से पानी का पूरा प्रबंध किया और जिसे हर रोज एक मंत्री बकायदा उ ड्यूटी लाई गई केजरीवाल साहब आप भी जाते 150 परिवार उत्थे रह रहे हैं सो एडा वधिया प्रबंध पहला करना चाहिदा सीगा पंजाब सरकार दे बिल्कुल एजेंडे दे लोकां दी भलाई नहीं ना सिक्ख्या दा ना सेहत बाकी सारे गल्लां दस चुके ने सो मैं इहनां कहिंदा होया सारी ही मीडिया कर्मचारी दा बहुत-बहुत धन्नवाद थैंक यू कोई तुहाडा सवाल होवे तां तुसीं मां साहब चार वी जिहड़ी सेना भर्ती करन जा रहा बलांगी यार इहदा क्या भरोसा हुंदा वी जदों चोणां हुंदा जिहड़ा उहदा चीफ हुंदा कमांडर तुसीं बाहरों लिया कित्थों कि जिवें कि हुण रोपड़